हलका गुरदासपुर के अलग अलग गांव में अकाली दल के अध्यक्ष सुखबीर बादल की तरफ से आज दूसरे दिन अकाली दल भाजपा गठजोड़ के सांझे उम्मीदवार स्वर्ण सलारिया के हक में चुनाव प्रचार किया। इस मौके पर सुखबीर बादल ने कांग्रेस सरकार को घेरते हुए कहा कि कांग्रेस सरकार झूठ के सहारे बनी सरकार है, कहा और साथ ही कांग्रेस सरकार के कैबिनेट मंत्री मनप्रीत बादल के बारे में कहा कि उनके अंदर मुगलों की कोई पुरानी रूह आ चुकी है, इसलिए उनकी तरह ही बातें करते हैं। साथ ही बादल ने सिद्धू को आड़े हाथों लेते हुए कहा कि सिद्धू कांग्रेस के लिए चिट्टा हाथी साबित होंगे। उन्होंने कहा कि सिद्धू पहले सोनिया गांधी को मुन्नी और राहुल को पप्पू कहते थे और अब सोनिया को मम्मी और राहुल को पापा कहते हैं। एक्चुअली ना की है मनप्रीत नू मुगल जी याद होंगे क्योंकि मतलब पुराने जमाने जो मुगल ही होना है जिन्होंने हिंदुस्तान पर हमला किया सी, क्योंकि तुसी बोली भी देखो वही बोली बोलणगे, वही शायरी करनगे, वही आ करनगे। सो वो अपनी मुगलों की पुरानी रूह उन्हें आ गई है। जिहड़ी पार्टी ने टैंकां तोपां नाल दरबार साहब पर हमला किया होए वो क्वेश्चन मार्क कर रही है, जिन्हें हजारां सिख ਨੌਜਵਾਨਾਂ ਨੂੰ ਕਤਲੇਆਮ ਕੀਤਾ ਹੋਵੇ, ਬੱਚਿਆਂ ਨੂੰ ਕਤਲੇਆਮ ਕੀਤਾ ਹੋਵੇ। ਆਈ ਕੈਪਟਨ ਅਮਰਿੰਦਰ ਸਿੰਘ, ਉਹ ਕੈਪਟਨ ਅਮਰਿੰਦਰ ਸਿੰਘ ਹੈ ਜਿਹਨੇ ਪਿਛਲੀ ਵਾਰ ਮੁੱਖ ਮੰਤਰੀ ਬਣਿਆ, ਐਸ ਜੀ ਪੀ 'ਤੇ ਕਬਜ਼ਾ ਕਰਨਾ। ਆ ਕੈਪਟਨ ਅਮਰਿੰਦਰ ਸਿੰਘ ਬੇਸਿਕਲੀ ਕਾਂਗਰਸ ਦੇ ਹੁਕਮ 'ਤੇ, ਗਾਂਧੀ ਪਰਿਵਾਰ ਦੇ ਹੁਕਮ 'ਤੇ ਇੱਕ ਸਾਰਾ ਕੰਮ ਕਰ ਰਿਹਾ, ਕਿਉਂਕਿ ਗਾਂਧੀ ਪਰਿਵਾਰ ਦੀ ਦੁਸ਼ਮਣੀ ਇੱਕੋ ਇੱਕ ਹੈ ਕਿ ਸਿੱਖ ਇੰਸਟੀਟਿਊਸ਼ਨਸ, ਸਿੱਖ ਮਰਿਆਦਾ ਨੂੰ ਖਤਮ ਕੀਤਾ ਜਾਵੇ, ਹਰ ਵਾਰ ਉਹਨਾਂ ਦੀ ਆ ਰਹੀ ਹੈ। ਮੈਂ ਕਿਉਂਕਿ ਪਤਾ ਨਹੀਂ ਕਿੱਥੇ, ਅੱਜ ਕੱਲ੍ਹ ਮੈਨੂੰ ਪਤਾ ਨਹੀਂ, ਸਿੱਧੂ ਤੁਰਿਆ ਫਿਰਦਾ ਨਾ, ਉਹ ਟਪੂਸੀਆ ਮਾਰਦੇ ਰਹਿੰਦਾ ਕਿਤੇ ਇੱਥੋਂ ਜਾਲ ਮਾਰ ਕੇ ਇੱਥੇ, ਇੱਥੋਂ ਮਾਰ ਕੇ ਇੱਥੋਂ, ਇਸ ਕਰਕੇ ਸਿੱਧੂ ਦੀ ਮੈਂ ਤੁਹਾਨੂੰ ਸਮਝਦਾ ਕਾਂਗਰਸ ਵਾਸਤੇ ਸਭ ਤੋਂ ਵੱਡਾ ਚਿੱਟਾ ਹਾਥੀ ਸਿੱਧੂ ਹੀ ਹੋਊਗਾ। ਮੈਂ ਤੁਹਾਨੂੰ ਦੱਸਾਂ ਹੁਣ ਪਤਾ ਲੱਗ ਜੂ ਕਾਂਗਰਸ ਨੂੰ ਜਦੋਂ ਆਈ, ਜਿਹੜਾ ਜਿਵੇਂ ਹੁਣ ਕਹਿੰਦਾ ਸੀ ਨਾ ਸੋਨੀਆ ਗਾਂਧੀ ਨੂੰ ਮੁੰਨੀ ਅਤੇ ਹੁਣ ਮੰਮੀ ਕਹਿੰਦਾ, ਅਤੇ ਵਾਪਸ ਮੁੰਨੀ 'ਤੇ ਆਜੂਗਾ ਦੋ ਥੋੜ੍ਹੀ ਦੇਰ ਦੇਖ ਲਿਓ, ਅਤੇ ਜੇ ਪੱਪੂ ਕਹਿੰਦਾ ਰਾਹੁਲ ਗਾਂਧੀ ਨੂੰ ਅਤੇ ਹੁਣ ਪਾਪਾ ਕਹਿੰਦਾ ਵਾਪਸ ਪੱਪੂ, ਪਤਾ ਨਹੀਂ ਕੀ ਕਹੂਗਾ ਉਹਨੂੰ। ਸੋ ਆਹ ਤਾਂ ਸਿੱਧੂ ਹੈ। किसानों के मुद्दे को लेकर कहा कि पंजाब सरकार किसानों के कर्ज को मुआफ कर रही है, पर अगर कर्ज मुआफ करने होते तो उपचुनाव के पहले ही मुआफ कर देती। उन्होंने कहा कि कर्ज क्या मुआफ करना है, उल्टा किसानों के ऊपर नहरी पानी के लिए 200 रुपए पर एकड़ टैक्स लगा दिया है। कांग्रेस कहती कुछ है और करती कुछ और है। बादल ने जाखड़ के ऊपर बोलो का हमला करते हुए कहा कि जाखड़ बताए कि उनके अपने हलके में सरकार के किसानों पर नहरी पानी के लिए टैक्स लगा दिया है, जाखड़ क्या किसानों की बात करेंगे। वो की है कि पिछले 6 महीने दे जल्दी कर रहे हैं। जे उन्हां दे मन च हुंदा ते इलैक्शन तो पहले कर देना सी उन्होंने, क्योंकि इलैक्शन ते नहीं कीता तो उन्होंने करना ही नहीं है। पंजाब की सरकार झूठां दे निर्भर है। उन्होंने कर्जा माफ़ी किया सी, पहले कहिंदे 90,000 कर्जा माफ़ करांगे, हुण 1500 ते आ गए। 90,000 करोड़ कित्थे, 90,000 करोड़ कित्थे, 1500 करोड़। फिर कहिंदे घर घर नौकरी देवोंगे, हुण किधर गईआं। 2500 ਕਹਿੰਦੇ ਪੈਨਸ਼ਨ ਦੇਵਾਂਗੇ, ਜਦੋਂ ਦੀ ਸਰਕਾਰ ਬਣੀ ਹੈ 1 ਰੁਪਿਆ ਪੈਨਸ਼ਨ ਬਜ਼ੁਰਗ ਨੂੰ ਨਹੀਂ ਆਈ, 1 ਰੁਪਿਆ ਸ਼ਗਨ ਕਿ ਸ਼ਾਦੀ 'ਚ ਨਹੀਂ ਆਇਆ। ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ, ਇੰਸ਼ੋਰੈਂਸ ਸਕੀਮ, ਮੈਡੀਕਲ ਸਕੀਮ, ਐਸ ਸੀ ਸਕਾਲਰਸ਼ਿਪ, ਬੀ ਸੀ ਅਤੇ 200 ਯੂਨਿਟ, ਸਾਰਾ ਕੁਝ ਬੰਦ ਕਰ ਦਿੱਤਾ। ਟਿਊਬਵੈੱਲਾਂ 'ਤੇ ਬਿੱਲ ਲਾਉਣ ਲੱਗ ਗਏ, ਲਾਉਣੇ ਸ਼ੁਰੂ ਕਰ ਦੇਣੇ ਇਹਨਾਂ ਨੇ। ਮਾਮਲਾ ਜਿਹੜਾ ਨਹਿਰੀ ਪਾਣੀ 'ਤੇ ਲਾ ਦਿੱਤੇ ਇਹਨਾਂ ਨੇ, 200 ਰੁਪਿਆ ਕਿੱਲਾ ਪਰ ਮੰਥ ਇਹਨੇ ਲਾ ਦਿੱਤਾ ਕੈਬਨਿਟ ਪਿਛਲੀ। ਆਹ ਤਾਂ ਸਰਕਾਰ ਹੈ, ਕਹਿੰਦੇ ਕੁਛ ਕਰਦੇ ਕੁਛ। ਮੈਂ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ, ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕਰ ਰਹੇ ਹੈ, ਉਹ ਉਸ ਇਲਾਕੇ ਤੋਂ ਆ ਜਾਖੜ ਸਾਹਿਬ ਜਿੱਥੇ ਨਹਿਰੀ ਪਾਣੀ ਮਿਲਦਾ ਹੈ, ਅਤੇ ਜਾਖੜ ਸਾਹਿਬ ਨੂੰ ਪੁੱਛੋ ਪਹਿਲਾ ਸਵਾਲ ਮੈਂ ਕਿ ਉਹਨਾਂ ਦਾ ਨਹਿਰੀ ਪਾਣੀ ਉਸ ਇਲਾਕੇ 'ਚ ਅਤੇ ਟੈਕਸ ਲਾ ਤਾ ਸਰਕਾਰ ਨੇ, 200 ਰੁਪਿਆ ਪਰ ਕਿੱਲਾ ਏਕੜ ਲਾ ਦਿੱਤਾ ਹੈ, ਜਿਹੜਾ ਇੰਨੇ ਸਾਲ ਅਸੀਂ ਮਾਫ ਰੱਖਿਆ ਸੀ, ਅਤੇ ਫਿਰ ਉਹ ਕਿਸਾਨਾਂ ਦੀ ਗੱਲ ਕੀ ਕਰਦੇ ਆ ਜਾਖੜ ਸਾਹਿਬ, ਪਹਿਲੇ ਸਟੈਪ ਕਰ। ਦੂਜੀ ਗੱਲ ਮੈਂ ਜਾਖੜ ਸਾਹਿਬ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ, ਕੀ ਜਾਖੜ ਸਾਹਿਬ ਗੁਰਦਾਸਪੁਰ ਦੀ ਜਨਤਾ ਨੂੰ ਵਾਅਦਾ ਕਰਨ ਕੀ ਕਰ ਰਹੇ ਹੈ ਜਾਂ ਐਲਾਨ ਕਰਨ ਕਿ ਮੈਂ ਅੱਜ ਤੋਂ ਬਾਅਦ ਗੁਰਦਾਸਪੁਰ ਹੀ ਰਹੂੰਗਾ ਜਿੱਥਾਰ ਜੋ ਮਰਜ਼ੀ ਹੋ ਜਾਵੇ।